ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ ਪ੍ਰੋਪਰਟੀ ਨੌਨ ਸਟੋਪ ਦੇ ਵਿੱਚ। ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਇੱਕ ਬਹੁਤ ਹੀ ਸ਼ਾਨਦਾਰ ਕੋਠੀ ਵਿਖਾਉਣ ਦੇ ਲਈ। ਇਹ ਕੋਠੀ ਹੈ ਡਾਇਮੰਡ ਐਵੇਨਿਊ ਮਜੀਠਾ ਰੋਡ ਅੰਮ੍ਰਿਤਸਰ ਦੇ ਵਿੱਚ। ਜਿੱਦਾਂ ਕਿ ਤੁਸੀਂ ਆਪਣੀ ਸਕਰੀਨ 'ਤੇ ਦੇਖ ਹੀ ਰਹੇ ਹੋ, ਬਹੁਤ ਹੀ ਸ਼ਾਨਦਾਰ ਕੋਠੀ ਹੈ, ਬਹੁਤ ਹੀ ਵਧੀਆ ਮਟੀਰੀਅਲ ਇਹਦੇ 'ਤੇ ਯੂਜ਼ ਕੀਤਾ ਗਿਆ ਹੈ। ਇਹ ਕੋਠੀ ਡੇਢ ਮੰਜ਼ਿਲਾ ਬਣੀ ਹੋਈ ਹੈ ਅਤੇ ਇਸਦਾ ਪਲੋਟ ਸਾਈਜ਼ 436 ਗਜ ਹੈ। ਗੱਲ ਕਰਦੇ ਹਾਂ ਇਸਦੇ ਗਰਾਊਂਡ ਫਲੋਰ ਦੀ। ਇਸਦੇ ਗਰਾਊਂਡ ਫਲੋਰ ਦੇ ਵਿੱਚ ਬਣੇ ਹੋਏ ਹਨ 3 ਬੈਡਰੂਮਸ ਪਲੱਸ ਅਟੈਚ ਟੋਇਲਟ, ਇੱਕ ਲੋਬੀ, ਇੱਕ ਡਰਾਇੰਗ ਰੂਮ, ਮਾਡੂਲਰ ਕਿਚਨ, ਇੱਕ ਸਟੋਰ ਰੂਮ, 3 ਕਾਰਸ ਦੀ ਪਾਰਕਿੰਗ, ਗਾਰਡਨ ਅਤੇ ਲੋਨ, ਅਤੇ ਨਾਲ ਹੀ ਤੁਹਾਨੂੰ ਮਿਲਦਾ ਇੱਕ ਪੂਜਾ ਰੂਮ। ਇਹ ਸੀ ਇਸਦੇ ਗਰਾਊਂਡ ਫਲੋਰ ਦੀ ਗੱਲ। ਜੇ ਹੁਣ ਇਸਦੇ ਫਸਟ ਫਲੋਰ ਦੀ ਗੱਲ ਕਰੀਏ ਤਾਂ ਇਸਦੇ ਫਸਟ ਫਲੋਰ 'ਤੇ ਹੈ 3 ਬੈਡਰੂਮਸ, ਇੱਕ ਓਪਨ ਕਿਚਨ ਅਤੇ ਓਪਨ ਟੈਰਸ। ਅਤੇ ਚਲੀਏ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਇਸ ਕੋਠੀ ਦੇ ਅੰਦਰ। ਅੰਦਰ ਐਂਟਰ ਕਰਦਿਆਂ ਹੀ ਖੱਬੇ ਪਾਸੇ ਹੈ ਡਰਾਇੰਗ ਰੂਮ। ਜਿੱਦਾਂ ਕਿ ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹੋ, ਬਹੁਤ ਹੀ ਵਧੀਆ ਤਰੀਕੇ ਨਾਲ ਘਰ ਨੂੰ ਬਣਾਇਆ ਗਿਆ ਹੈ। ਪ੍ਰੋਪਰ ਡਾਊਨ ਸੀਲਿੰਗ ਹੋਈ ਹੈ। ਅਤੇ ਇੱਕ ਗੱਲ ਹੋਰ, ਜਿਹੜਾ ਇੱਥੇ ਲੱਕੜ ਦਾ ਕੰਮ ਹੋਇਆ ਹੋਇਆ ਹੈ, ਜਿਵੇਂ ਦਰਵਾਜ਼ਿਆਂ 'ਤੇ ਸਾਗਵਾਨ ਦੀ ਲੱਕੜ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਹੈ ਡਰਾਇੰਗ ਰੂਮ। ਡਰਾਇੰਗ ਰੂਮ ਤੋਂ ਬਾਹਰ ਆਉਂਦਿਆਂ ਹੀ ਸਾਹਮਣੇ ਹੈ ਲੋਬੀ, ਜਾਂ ਤੁਸੀਂ ਇਸਨੂੰ ਕਹਿ ਸਕਦੇ ਹੋ ਡਾਇਨਿੰਗ ਏਰੀਆ। ਅੱਗੇ ਜਾਵਾਂਗੇ, ਅੱਗੇ ਜਾਂਦਿਆਂ ਹੀ ਸਾਡਾ ਇਹ ਹੈ ਫਸਟ ਬੈਡਰੂਮ। ਰੂਮਸ 'ਚ ਵੀ ਪ੍ਰੋਪਰ ਡਾਊਨ ਸੀਲਿੰਗ ਦਾ ਕੰਮ ਹੋਇਆ, ਫਲੋਰਿੰਗ ਦਾ ਕੰਮ ਬਿਲਕੁਲ ਕੰਪਲੀਟ ਹੈ। ਇਹ ਤੁਹਾਡੇ ਸਾਹਮਣੇ ਹੈ ਫਸਟ ਬੈਡਰੂਮ। ਬੈਡਰੂਮ ਦੇ ਅੰਦਰ ਇਹਨਾਂ ਨੇ ਇੱਕ ਛੋਟਾ ਸਟੋਰ ਰੂਮ ਬਣਾਇਆ ਹੈ ਸਟੋਰੇਜ ਵਾਸਤੇ। ਇਹ ਹੈ ਸਟੋਰ ਰੂਮ, ਅਤੇ ਨਾਲ ਹੀ ਇਸਦੇ ਹੈ ਅਟੈਚ ਟੋਇਲੇਟ। ਬਾਥਰੂਮ ਦੇ ਵਿੱਚ ਗਲਾਸ ਦੀ ਪਾਰਟੀਸ਼ਨ ਕੀਤੀ ਗਈ ਹੈ ਸ਼ਾਰ ਵਾਸਤੇ, ਜਿਸ ਤਰ੍ਹਾਂ ਕਿ ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹੋ। ਗੀਜ਼ਰਸ ਦੀ ਫਿਟਿੰਗ ਹੋਈ ਹੋਈ ਹੈ ਪ੍ਰੋਪਰਲੀ। ਇਹ ਸੀ ਸਾਡਾ ਫਸਟ ਬੈਡਰੂਮ, ਅਤੇ ਹੁਣ ਅਸੀਂ ਚੱਲਦੇ ਹਾਂ ਸੈਕਿੰਡ ਬੈਡਰੂਮ ਦੇ ਵੱਲ। ਇਹ ਹੈ ਇਸ ਕੋਠੀ ਦਾ ਸੈਕਿੰਡ ਬੈਡਰੂਮ, ਜੋ ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹੋ। ਟੀਵੀ ਪੈਨਲ ਬਣੇ ਹੋਏ ਹਰ ਬੈਡਰੂਮ ਦੇ ਵਿੱਚ। ਬਹੁਤ ਹੀ ਵਧੀਆ ਕੰਮ ਹੋਇਆ ਹੋਇਆ ਹੈ, ਜਿਵੇਂ ਤੁਸੀਂ ਦੇਖ ਹੀ ਰਹੇ ਹੋ ਆਪਣੀ ਸਕਰੀਨ 'ਤੇ। ਅਤੇ ਸੈਕਿੰਡ ਬੈਡਰੂਮ ਦੇ ਵਿੱਚ ਇਹ ਤੁਹਾਨੂੰ ਮਿਲਦਾ ਹੈ ਵਾਕ ਇਨ ਕਲੋਜ਼ਟ। ਇੱਥੇ ਕਬਰਡਸ ਬਣੇ ਹੋਏ ਆ, ਤੁਹਾਨੂੰ ਸਟੋਰੇਜ ਦੀ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਣ ਵਾਲੀ। ਪ੍ਰੋਪਰ ਕਬਰਡਸ ਬਣੇ ਹੋਏ ਨੇ ਦੋਵੇਂ ਪਾਸੇ। ਅਤੇ ਨਾਲ ਹੀ ਇੱਥੇ ਹੈ ਤੁਹਾਡਾ ਅਟੈਚ ਬਾਥਰੂਮ। ਇਸ ਬਾਥਰੂਮ ਦੇ ਵਿੱਚ ਵੀ ਗਲਾਸ ਦੀ ਪਾਰਟੀਸ਼ਨ ਹੋਈ ਹੋਈ ਹੈ, ਜਿਵੇਂ ਕਿ ਤੁਸੀਂ ਆਪਣੀ ਸਕਰੀਨ 'ਤੇ ਵੇਖ ਹੀ ਰਹੇ ਹੋ। ਟਾਇਲਸ ਦਾ ਕੰਮ ਪੂਰਾ ਹੈ, ਪੂਰੀ ਵਾਲਸ 'ਤੇ ਟਾਇਲਸ ਨੇ। ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਨੇ ਘਰ ਬਣਾਇਆ ਹੋਇਆ ਹੈ।
ਇਹ ਸੀ ਸਾਡਾ ਸੈਕਿੰਡ ਬੈਡਰੂਮ। ਅਤੇ ਇੱਥੇ ਪਿੱਛੇ ਰੂਮ ਤੋਂ ਜੇ ਬੈਕ ਸਾਈਡ 'ਤੇ ਇੱਕ ਓਪਨ ਸਪੇਸ, ਨਹੀਂ ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹੋ, ਕਾਫੀ ਵੱਡਾ ਓਪਨ ਸਪੇਸ ਹੈ। ਅਤੇ ਹੁਣ ਚੱਲਦੇ ਹਾਂ ਅਸੀਂ ਥਰਡ ਬੈਡਰੂਮ ਦੇ ਵੱਲ। ਇਹ ਹੈ ਇਸ ਕੋਠੀ ਦਾ ਤੀਸਰਾ ਬੈਡਰੂਮ। ਦੇਖੋ ਆਪਣੀ ਸਕਰੀਨ 'ਤੇ ਬਹੁਤ ਹੀ ਵਧੀਆ ਤਰੀਕੇ ਨਾਲ ਘਰ ਨੂੰ ਬਣਾਇਆ ਗਿਆ ਹੈ, ਪ੍ਰੋਪਰ ਫਿਨਿਸ਼ਿੰਗ ਦੇ ਨਾਲ ਬਣਿਆ ਹੋਇਆ ਹੈ ਪੂਰਾ ਘਰ। ਅਤੇ ਥਰਡ ਬੈਡਰੂਮ ਦੇ ਅੰਦਰ ਵੀ ਤੁਹਾਨੂੰ ਮਿਲਦਾ ਹੈ ਅਟੈਚ ਟੋਇਲੇਟ। ਸੇਮ ਇੱਥੇ ਵੀ ਤੁਹਾਨੂੰ ਗਲਾਸ ਦੀ ਪਾਰਟੀਸ਼ਨ ਮਿਲਦੀ ਹੈ ਸ਼ਾਵਰ ਵਾਸਤੇ। ਇਹ ਸੀ ਥਰਡ ਬੈਡਰੂਮ। ਅਤੇ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਕਿਚਨ ਵੱਲ। ਕਿਚਨ ਤੋਂ ਪਹਿਲਾਂ ਇਹ ਸਾਹਮਣੇ ਹੈ ਡਾਇਨਿੰਗ ਏਰੀਆ, ਜੋ ਤੁਹਾਨੂੰ ਅਸੀਂ ਪਹਿਲਾਂ ਵੀ ਦਿਖਾਇਆ ਸੀ। ਇਹ ਡਾਇਨਿੰਗ ਏਰੀਆ, ਇੱਥੇ ਵੀ ਟੀ ਵੀ ਪੈਨਲ ਬਣਿਆ ਹੋਇਆ ਹੈ, ਕਾਫੀ ਸਪੇਸ ਹੈ, ਤੁਸੀਂ ਸੋਫੇ ਵਗੈਰਾ ਵੀ ਲਗਾ ਸਕਦੇ ਹੋ। ਇਹ ਹੈ ਸਾਡਾ ਡਾਇਨਿੰਗ ਏਰੀਆ, ਜਾਂ ਤੁਸੀਂ ਇਸਨੂੰ ਲੌਬੀ ਵੀ ਕਹਿ ਸਕਦੇ ਹੋ। ਅਤੇ ਇਹ ਹੈ ਸਾਡਾ ਮੋਡੂਲਰ ਕਿਚਨ। ਬਹੁਤ ਵਧੀਆ ਤਰੀਕੇ ਨਾਲ ਕਿਚਨ ਨੂੰ ਵੀ ਬਣਾਇਆ ਗਿਆ ਹੈ, ਪ੍ਰੋਪਰ ਕਬਰਡ ਲਗਾਏ ਗਏ ਨੇ। ਅਤੇ ਇੱਥੇ ਤੁਸੀਂ ਜਿੱਦਾਂ ਆਪਣੀ ਸਕਰੀਨ 'ਤੇ ਦੇਖ ਰਹੇ ਹੋ, ਇਹਨਾਂ ਨੇ ਕਿਚਨ ਨੂੰ ਵਾਸ਼ਿੰਗ ਏਰੀਆ ਸੈਪਰੇਟ ਕੀਤਾ, ਜਿਹੜੇ ਆਪਣੇ ਸਿੰਕ ਨੇ ਉਹਨੂੰ ਸੈਪਰੇਟ ਕੀਤਾ ਗਿਆ ਹੈ। ਦੋ ਪਾਰਟਸ 'ਚ ਕਿਚਨ ਨੂੰ ਬਣਾਇਆ ਗਿਆ ਹੈ, ਇਹ ਹੈ ਵਾਸ਼ਿੰਗ ਏਰੀਆ ਅਤੇ ਨਾਲ ਅੱਗੇ ਹੈ ਸਾਡਾ ਮੇਨ ਕਿਚਨ, ਜਿੱਥੇ ਗੈਸ ਸਟੋਵ ਵਗੈਰਾ ਰੱਖਿਆ ਗਿਆ ਹੈ। ਅਤੇ ਇਹ ਦੇਖੋ ਕਿਚਨ ਤੋਂ ਬਾਹਰ ਗਾਰਡਨ ਦਾ ਵਿਊ, ਕਿੰਨਾ ਵਧੀਆ ਵਿਊ ਹੈ, ਬਹੁਤ ਹੀ ਸ਼ਾਨਦਾਰ ਕੋਠੀ ਹੈ। ਇਸੇ ਕਿਚਨ ਅਤੇ ਕਿਚਨ ਦੇ ਨਾਲ ਇਹਨਾਂ ਨੇ ਇੱਥੇ ਬਣਾਇਆ ਹੋਇਆ ਹੈ ਪੂਜਾ ਰੂਮ। ਪੂਜਾ ਰੂਮ ਵੀ ਬਹੁਤ ਵਧੀਆ, ਬਹੁਤ ਸੋਹਣਾ ਬਣਾਇਆ ਗਿਆ ਹੈ। ਇੱਥੇ ਇਹਨਾਂ ਨੇ ਗਲਾਸ ਦਾ ਡੋਰ ਲਗਾਇਆ ਪੂਜਾ ਰੂਮ 'ਚ, ਅਤੇ ਪ੍ਰੋਪਰ ਡਾਊਨ ਸੀਲਿੰਗ ਕੀਤੀ ਹੋਈ ਹੈ। ਅਤੇ ਹੁਣ ਅਸੀਂ ਚੱਲਦੇ ਹਾਂ ਫਸਟ ਫਲੋਰ ਵੱਲ। ਇਹਨੇ ਸਟੇਅਰਸ ਉੱਪਰ ਜਾਣ ਲਈ, ਸਟੇਅਰਸ 'ਤੇ ਵੀ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਮਾਰਬਲਸ ਲੱਗੇ ਹੋਏ ਨੇ ਸਟੇਅਰਸ ਦੀ ਵਾਲ 'ਤੇ, ਟਾਈਲਸ ਦਾ ਕੰਮ ਹੋਇਆ ਹੋਇਆ ਹੈ। ਅਤੇ ਰੇਲਿੰਗ 'ਤੇ ਵੇਖੋ, ਗਲਾਸ ਦੇ ਨਾਲ ਸਟੀਲ ਦੀ ਰੇਲਿੰਗ, ਪ੍ਰੋਪਰ ਬਹੁਤ ਹੀ ਵਧੀਆ ਮਟੀਰੀਅਲ ਯੂਜ਼ ਕੀਤਾ ਗਿਆ ਹੈ, ਬਹੁਤ ਹੀ ਰੀਜਨਲ ਇਹਨਾਂ ਨੇ ਕੋਠੀ ਬਣਾਈ ਹੈ। ਅਤੇ ਹੁਣ ਅਸੀਂ ਜਾ ਰਹੇ ਹਾਂ ਫਸਟ ਫਲੋਰ ਵੱਲ। ਜਿੱਦਾਂ ਤੁਹਾਨੂੰ ਮੈਂ ਪਹਿਲੇ ਵੀ ਦੱਸ ਚੁੱਕੀ ਹਾਂ, ਫਸਟ ਫਲੋਰ 'ਚ ਹੈਗੇ ਨੇ 3 ਬੈਡਰੂਮਸ, ਇੱਕ ਓਪਨ ਕਿਚਨ, ਅਤੇ ਨਾਲ ਤੁਹਾਨੂੰ ਮਿਲੇਗਾ ਇੱਕ ਸਟੋਰ ਰੂਮ ਫਸਟ ਫਲੋਰ ਦੇ ਵਿੱਚ। ਫਸਟ ਫਲੋਰ ਦੇ ਵਿੱਚ ਐਂਟਰ ਕਰਦਿਆਂ ਹੀ ਸਾਹਮਣੇ ਤੁਹਾਨੂੰ ਮਿਲਦਾ ਹੈ ਓਪਨ ਟੈਰਿਸ। ਇਹ ਹੈ ਜੀ ਓਪਨ ਟੈਰਿਸ। ਅੰਦਰ ਐਂਟਰ ਕਰਦਿਆਂ ਸਾਰ ਹੀ ਸਾਹਮਣੇ ਥੋੜ੍ਹਾ ਜਿਹਾ ਓਪਨ ਏਰੀਆ ਹੈ ਲੌਬੀ, ਅਤੇ ਇਹ ਹੈ ਜੀ
ਇਸ ਫਲੋਰ ਦਾ ਪਹਿਲਾ ਬੈਡਰੂਮ। ਫਸਟ ਫਲੋਰ 'ਤੇ ਵੀ ਪ੍ਰੋਪਰ ਕੰਮ ਹੋਇਆ ਹੈ, ਜਿਵੇਂ ਕਿ ਤੁਸੀਂ ਗਰਾਊਂਡ ਫਲੋਰ 'ਚ ਵੇਖਿਆ ਸੀ, ਪ੍ਰੋਪਰ ਡਾਊਨ ਸੀਲਿੰਗ ਦਾ ਕੰਮ। ਇਹ ਨਾਲ ਹੀ ਇਹ ਹੈ ਇਸਦਾ ਅਟੈਚ ਟੋਇਲਟ, ਜੋ ਕਿ ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹੋ। ਟਾਈਲਸ ਲੱਗੀਆਂ ਹੋਈਆਂ ਨੇ ਵਾਲਸ 'ਤੇ। ਇਹ ਹੈ ਵਿੰਡੋ ਤੋਂ ਬਾਹਰ ਦਾ ਵਿਊ ਫਸਟ ਬੈਡਰੂਮ ਦਾ। ਅਤੇ ਹੁਣ ਅਸੀਂ ਆ ਚੁੱਕੇ ਹਾਂ ਜੀ ਸੈਕਿੰਡ ਬੈਡਰੂਮ ਦੇ ਵਿੱਚ। ਇਹ ਹੈ ਇਸ ਫਲੋਰ ਦਾ ਦੂਸਰਾ ਬੈਡਰੂਮ, ਜੋ ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹੋ। ਅਤੇ ਨਾਲ ਹੀ ਹੈ ਓਪਨ ਕਿਚਨ। ਕਿਚਨ ਦੇ ਵਿੱਚ ਵੀ ਡਾਊਨ ਸੀਲਿੰਗ, ਕਬਰਡਸ ਪ੍ਰੋਪਰ ਬਣੀਆਂ ਹੋਈਆਂ ਨੇ, ਕਬਰਡਸ ਦਾ ਕੰਮ ਪੂਰਾ ਹੋਇਆ ਹੋਇਆ ਕਿਚਨ ਦੇ ਵਿੱਚ। ਅਤੇ ਹੁਣ ਚੱਲਦੇ ਹਾਂ ਆਪਣੇ ਥਰਡ ਬੈਡਰੂਮ ਦੇ ਵੱਲ। ਇਹ ਹੈ ਜੀ ਇਸ ਫਲੋਰ ਦਾ ਤੀਸਰਾ ਬੈਡਰੂਮ, ਜੋ ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹੋ। ਪੂਰੇ ਵਧੀਆ ਤਰੀਕੇ ਨਾਲ ਕੋਠੀ ਬਣੀ ਹੋਈ ਹੈ, ਲੱਕੜ ਦਾ ਕੰਮ ਬਹੁਤ ਵਧੀਆ ਹੋਇਆ ਹੈ, ਦਰਵਾਜ਼ੇ ਸਾਗਵਾਨ ਦੀ ਲੱਕੜ ਦੇ ਬਣਾਏ ਗਏ ਹਨ। ਅਤੇ ਹੁਣ ਜੇ ਗੱਲ ਕਰੀਏ ਇਸ ਕੋਠੀ ਦੀ ਲੋਕੇਸ਼ਨ ਦੀ, ਤਾਂ ਬਹੁਤ ਹੀ ਵਧੀਆ ਲੋਕੇਸ਼ਨ 'ਤੇ ਕੋਠੀ ਹੈ, ਜਿਵੇਂ ਕਿ ਅਸੀਂ ਪਹਿਲੇ ਵੀ ਦੱਸ ਚੁੱਕੇ ਹਾਂ ਤੁਹਾਨੂੰ, ਡਾਇਮੰਡ ਐਵੇਨਿਊ ਮਜੀਠਾ ਰੋਡ ਅੰਮ੍ਰਿਤਸਰ ਦੇ ਵਿੱਚ ਕੋਠੀ ਹੈ। ਜਿਹੜਾ ਇਹਦਾ ਮੇਨ ਰੋਡ ਹੈ ਉਹ 600 ਮੀਟਰ ਚੌੜਾ ਰੋਡ ਹੈ, ਅਤੇ ਜਿਹੜਾ ਅੰਦਰ ਰੋਡ ਹੈ ਉਹ ਹੈ 20 ਫਿੱਟ। ਅਤੇ ਜੇ ਹੁਣ ਗੱਲ ਕਰੀਏ ਇਹਦੀ ਕਨੈਕਟੀਵਿਟੀ ਦੀ, ਤਾਂ ਜਿਹੜਾ ਇੰਟਰਨੈਸ਼ਨਲ ਏਅਰਪੋਰਟ ਹੈ ਉਸ ਕੋਠੀ ਤੋਂ ਸਿਰਫ 12 ਕਿਲੋਮੀਟਰ ਦੀ ਦੂਰੀ 'ਤੇ ਹੈ। ਗੋਲਡਨ ਟੈਂਪਲ 7 ਕਿਲੋਮੀਟਰ ਦੂਰ ਹੈ, ਰੇਲਵੇ ਸਟੇਸ਼ਨ 6 ਕਿਲੋਮੀਟਰ, ਅਤੇ ਬੱਸ ਸਟੈਂਡ ਸਿਰਫ 5 ਕਿਲੋਮੀਟਰ ਦੀ ਦੂਰੀ 'ਤੇ ਹੈ। ਅਤੇ ਬਹੁਤ ਹੀ ਵਧੀਆ ਲੋਕੇਸ਼ਨ ਹੈ, ਬਹੁਤ ਹੀ ਵਧੀਆ ਕੋਠੀ ਹੈ। ਜੇ ਤੁਸੀਂ ਇਸ ਕੋਠੀ ਨੂੰ ਲੈਣ ਦੇ ਚਾਹਵਾਨ ਹੋ ਜਾਂ ਤੁਸੀਂ ਕੋਈ ਹੋਰ ਡਿਟੇਲ ਜਾਣਨਾ ਚਾਹੁੰਦੇ ਹੋ, ਤਾਂ ਸਾਡੀ ਸਕਰੀਨ 'ਤੇ ਦਿੱਤੇ ਹੋਏ ਨੰਬਰ 'ਤੇ ਸਾਨੂੰ ਕਾਲ ਜਾਂ ਵਟਸਐਪ ਕਰੋ। ਜ਼ਿਆਦਾ ਤੋਂ ਜ਼ਿਆਦਾ ਇਸ ਵੀਡੀਓ ਨੂੰ ਸ਼ੇਅਰ ਕਰੋ, ਅਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਏ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ। ਧੰਨਵਾਦ।